ਇਹ ਚੀਜ਼ ਚੰਗੀ ਹੈ, ਨਸਲੀ ਹੈ, ਬਰੀਕੀਆਂ ਦੋਸਤਾਂ ਚੈੱਕ ਕਰਨੀਆਂ ਨੇ। ਅੱਜ ਮੈਨੂੰ ਤਾਂ ਸਭ ਤੋਂ ਜ਼ਿਆਦਾ ਸੋਹਣੀ ਇਹੀ ਲੱਗਦੀ ਵੀ ਫੱਬੀ ਵੀ ਚੰਗੀ ਹੈ। ਕਮੈਂਟ ਦੋਸਤਾਂ ਲਾਜ਼ਮੀ ਕਰਨਾ। ਇਹ ਕਿਨਵਾ ਸੁਹਾ ਨੇ ਸੁਣਿਆ ਜੀ, ਸੁਹਾ ਦੂਸਰਾ ਸੁਣਿਆ ਤੇ ਲਿਬਾਸ ਜਿੰਨਾ ਕਰ ਗਈ, ਸੋਹਣਾ ਨਜ਼ਾਰਾ ਕਰਾ ਗਈ। ਪੁੱਠਾ ਵੀ ਦੋਸਤਾਂ ਵੇਖ ਲੈਣਾ, ਬਰੀਕ ਚਮੜੀ ਹੈ ਤੇ ਚਿਹਰਾ ਦੋਸਤਾਂ ਵੇਖਣਾ ਇੰਜ ਜਿਵੇਂ ਜਰਸੀ ਗਾਵਾਂ ਦਾ ਚਿਹਰਾ ਹੁੰਦਾ। ਮਾਸ਼ਾਅੱਲਾ ਜੀ, ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ, ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ। ਅੱਜ ਦਿਨ ਜਿਤਵਾਰ ਦਾ ਤੇ ਇਸ ਟਾਈਮ ਸਿਆਲਕੋਟ ਦੇ ਨਾਮਵਰ ਵਪਾਰੀ ਨੀਲੀ ਦੇ ਸ਼ਿਕਾਰੀ ਤੇ ਆਪਣੇ ਕੰਮ ਦੇ ਖਿਲਾੜੀ ਮੁਹੰਮਦ ਇਮਰਾਨ ਸਾਹਿਬ ਦੇ ਡੇਰੇ ਤੋਂ ਮੌਜੂਦ ਹਾਂ। ਤੇ ਮਾਸ਼ਾਅੱਲਾ ਜੀ, ਬਾਈ ਇਮਰਾਨ ਸਾਹਿਬ ਨੇ ਅੱਜ ਖੜਾਕ ਕੀਤਾ ਦੋਸਤਾਂ ਵਾਸਤੇ ਜਾਨਵਰਾਂ ਦਾ ਈਦ ਪੈਕੇਜ ਲਾਇਆ। ਅੱਜ ਦੀ ਇਸ ਵੀਡੀਓ 'ਚ ਟੋਟਲ 6 ਪਹਿਲਵਾਨ ਖੂਬਸੂਰਤ ਝੋਟੀਆਂ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 15-16 ਕਿਲੋ ਦੁੱਧ ਵਾਲੀਆਂ ਝੋਟੀਆਂ ਵੀ ਮੌਜੂਦ ਨੇ। ਇਸ ਤੋਂ ਇਲਾਵਾ 4 ਗਾਵਾਂ ਵੀ ਸ਼ਾਮਲ ਨੇ, ਜਿਨ੍ਹਾਂ 'ਚ ਮਾਸ਼ਾਅੱਲਾ ਜੀ 18-20 ਕਿਲੋ ਦੁੱਧ ਵਾਲੀਆਂ ਗਾਵਾਂ ਵੀ ਮੌਜੂਦ ਨੇ। ਕਮ ਅਜ਼ ਕਮ ਕੀਮਤ 'ਤੇ ਜੀ 2,20,000 ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਦੇ ਹਾਂ। ਸਾਰੇ ਦੋਸਤਾਂ ਅੱਗੇ ਗੁਜ਼ਾਰਿਸ਼ ਆਈ ਹੈ ਕਿ ਵੀਡੀਓ ਨੂੰ ਮੁਕੰਮਲ ਲਾਜ਼ਮੀ ਵੇਖਣਾ, ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਵੀ ਕਰਨਾ। ਬਾਈ ਇਮਰਾਨ ਸਾਹਿਬ ਆਓ ਜੀ ਸਾਹਮਣੇ ਜੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ ਭਾਈ ਫਰਾਜ਼, ਸਾਰੇ ਵੇਖਣ ਸੁਣਨ ਵਾਲੇ ਪਹਿਲਾਂ ਦੀ ਈਦ ਮੁਬਾਰਕ ਜੀ। ਹੈਰ ਮੁਬਾਰਕ ਜੀ। ਹੋਰ ਭਾਈ ਇਮਰਾਨ ਸਾਹਿਬ, ਸਾਰੇ ਮਾਮਲਾ ਠੀਕ ਨੇ? ਅੱਲਾ ਦੀ ਜ਼ਾਤ ਦਾ ਬੜਾ ਸ਼ੁਕਰ, ਬੜੀ ਅੱਲਾ ਦੀ ਰਹਿਮਤ ਜਨਾਬ। ਮਾਸ਼ਾਅੱਲਾ ਜੀ, ਆਲਰੇਡੀ ਸਾਰੇ ਦੋਸਤ ਜਨਾਬ ਦੇ ਨਾਮ ਤੋਂ, ਜਨਾਬ ਦੇ ਕੰਮ ਤੋਂ ਵਾਕਫ ਨੇ। ਦਿਨ ਤੇ ਸਾਡਾ ਮੰਗਲ ਦਾ, ਲੇਕਿਨ ਅੱਜ ਇਤਵਾਰ ਵਾਲੇ ਦਿਨ ਵੀਡੀਓ ਬਣਦੀ ਹੈ ਭਾਈ, ਤੇ ਅੱਜ ਤੁਸੀਂ ਕਿਹਾ ਕਿ ਇਹ ਵੀ ਈਦ ਪੈਕੇਜ ਹੈ ਤੇ ਦੋਸਤਾਂ ਵਾਸਤੇ ਵੀ, ਇਹ ਨਹੀਂ ਕਿ ਖੁਸ਼ੀ ਦਾ ਪਾਇਆ ਸੀ, ਸਾਡੇ ਵਾਸਤੇ ਵੀ ਰੇਟ ਅੱਛੇ ਹੁੰਦੇ, ਜਾਨਵਰ ਅੱਗੇ ਚੰਗੇ ਹੁੰਦੇ ਨੇ। ਦੋਸਤਾਂ ਨੂੰ ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ। ਜ਼ਿਲ੍ਹਾ ਸਿਆਲਕੋਟ, ਤਹਿਸੀਲ ਪਸੂਰ, ਖਾਸ ਪਿੰਡ ਠਰੋ ਮੰਡੀ ਜਨਾਬ। ਠੀਕ ਭਾਈ ਜਾਨ, ਜਿਹੜੀ ਈਦ ਪੈਕੇਜ ਵਾਲੀ ਗੱਲ ਹੈ, ਚੀਜ਼ ਤਾਂ ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਨਾਲ ਚੰਗੀ ਦੇਵਾਂਗੇ ਤੇ ਰੇਟ ਵੀ ਮੁਨਾਸਬ, ਕੋਸ਼ਿਸ਼ ਕਰਾਂਗੇ ਜਿੰਨੇ ਵੀ ਮੁਨਾਸਬ ਹੋ ਜਾਣ ਸਾਨੂੰ, ਭਾਵੇਂ ਕੁਝ ਨਾ ਬਚੇ ਅੱਜ ਭਰਾਵਾਂ ਨੂੰ ਰਾਜ਼ੀ ਕਰਨਾ। ਯਾਨੀ ਕਿ ਬਾਕੀ ਦੋਸਤ ਕਹਿਣ ਦੀ ਹੱਦ ਸਿੱਧਾ ਨਹੀਂ ਮਹਿਸੂਸ ਕਰਨ ਦੇ ਕਿ ਰੇਟ ਚੰਗੇ ਨੇ, ਇਨਸ਼ਾਅੱਲਾ ਅੱਲਾ ਦੇ ਫਜ਼ਲ ਕਰਾਈਏ ਸ਼ੌਕ। ਆਓ ਜੀ ਭਾਈ ਨਵੀਰ ਸਾਹਿਬ, ਤਬੀਅਤ ਤੁਹਾਡੀ ਵੀ ਨਹੀਂ ਠੀਕ, ਲਿਆਓ ਜੀ ਝੋਟੀ ਨੰਬਰ 1 ਲਿਆਓ। ਟੋਟਲ 10 ਜਾਨਵਰ ਨੇ, ਰੇਟ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ, ਤੇ ਨਜ਼ਾਰਾ ਉਹਨਾਂ ਦਾ ਕਰਨਾ। ਅਗਰ ਤੇ ਚੱਕਰ ਅੰਦਰ ਲੱਗ ਸਕਦਾ ਤਾਂ ਵੀ ਬੜਾ ਸੋਹਣਾ ਰੂਟ ਹੈ, ਅੰਦਰ ਅੰਦਰ ਹੀ ਲਵਾ ਲਓ। ਲਓ ਦੋਸਤ, ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਬਟਨ ਵੀ ਦੋਸਤਾਂ ਵੇਖਣੇ ਨੇ, ਲਿਬਾਸ ਚੈੱਕ ਕਰਨਾ। ਝੋਟੀ ਨੰਬਰ 1 ਜੀ ਭਾਈ ਇਮਰਾਨ ਸਾਹਿਬ, ਕਿਨਵਾ ਸੁਹਾ ਸੂਈ ਹੈ ਜੀ? ਪਹਿਲਾਂ ਝੋਟੀ ਹੈ ਖਿਲਾਰੇ ਭਾਈ ਜਾਨ, ਇੱਥੇ ਜ਼ਰਾ ਖਿਲਾਰਨੀ ਹੈ, ਮੈਂ ਚੌਵਾਂ ਸਾਈਡਾਂ ਤੋਂ ਵੀ ਤਸੱਲੀ ਕਰਾਉਣੀ। ਸੂਈ ਨੂੰ ਤਕਰੀਬਨ 10-15 ਦਿਨ ਹੋ ਗਏ ਨੇ ਖਿਲਾਰੇ ਭਾਈ ਜਾਨ, 10-15 ਦਿਨ ਹੋ ਗਏ ਨੇ ਸੂਆ ਪਹਿਲਾਂ। ਜਿਹੜਾ ਵੀ ਦੋਸਤਾਂ ਵੇਖ ਲੈਣਾ ਤੇ ਪਹਿਲਾਂ ਹੋ ਕੇ ਜਿਹੜੇ ਥਣ ਲੱਗੇ ਨੇ ਮਾਸ਼ਾਅੱਲਾ ਦੋਸਤਾਂ, ਉਹ ਚੈੱਕ ਕਰਨੇ ਨੇ, ਸੋਹਣੇ ਪਾਵਰਫੁੱਲ ਇਹ ਥਣ ਲੱਗੇ ਨੇ। ਤੇ ਭਾਈ ਇਮਰਾਨ ਸਾਹਿਬ, ਦੁੱਧ ਕਿੰਨਾ ਕਿਹਦੇ ਕੋਲ? ਭਾਈ ਫਰਾਜ਼, 12 ਸਿਰ ਦੀ ਗਰੰਟੀ ਟੋਟਲ ਦੁੱਧ ਦੀ, ਦੋਵਾਂ ਟਾਈਮਾਂ ਦਾ। ਧੁਨੀ ਵੀ ਦੋਸਤਾਂ ਵੇਖਣੀ ਹੈ, ਗੋਲੀ ਵੀ ਚੈੱਕ ਕਰਨੀ ਹੈ, ਜਾ ਕੇ ਪਿੱਛੇ ਕੱਟਿਆ ਜੀ, ਕੱਟਾ ਜੀ ਕੱਟਾ ਭਾਈ, ਜ਼ਰਾ ਸਿੱਧਾ ਕਰਿਓ ਜੀ, ਜਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਝੋਟੀ ਨੰਬਰ 1 ਸੋਆ ਪਹਿਲਾਂ ਸੂਈ ਹੈ, ਕਿੰਨੇ ਦੰਦੇ ਹੈ ਭਾਈ ਇਮਰਾਨ ਸਾਹਿਬ? 6 ਛਿੱਗੀ ਹੈ ਮਾਸ਼ਾਅੱਲਾ ਜੀ। ਲਿਆਓ ਜੀ ਭਾਈ ਨਵੀਰ, ਟੋਰਿਓ ਜੀ ਜ਼ਰਾ। ਲਓ ਦੋਸਤੋ, ਨੰਬਰ 1 ਤੇ ਆ ਗਈ ਮਾਸ਼ਾਅੱਲਾ ਜੀ, ਮੁਕੰਮਲ ਨਜ਼ਾਰਾ ਕਰਾ ਰਿਹਾ। ਲਿਬਾਸ ਦੋਸਤਾਂ ਫਿਰ ਵੇਖ ਲੈਣਾ, ਸੋਆ ਪਹਿਲਾਂ ਸੂਈ ਹੈ, ਦੁੱਧ 12 ਕਿਲੋ ਦੀ ਗਰੰਟੀ, 12 ਕਿਲੋ ਦੀ ਗਰੰਟੀ ਹੋਏਗੀ ਭਾਈ ਸਾਹਿਬ। ਠੀਕ ਹੈ, ਲਓ ਦੋਸਤੋ, ਲਿਬਾਸ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ, ਲਿਬਾਸ ਸੋਹਣਾ ਕੀਤਾ। ਇਹ ਬਟਨ ਵੀ ਦੋਸਤਾਂ ਚੈੱਕ ਕਰ ਲੈਣੇ ਨੇ, ਇਹ ਵੀ ਪਹਿਲੇ ਨੇ,
ਪੁੱਠਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ, ਜਸਾਮਤ ਸੋਹਣੀ ਹੈ, ਨਾਮ ਬਹੁਤੀ ਛੋਟੀ ਹੈ ਜੀ। ਜੀ ਭਾਈ ਇਮਰਾਨ ਸਾਹਿਬ ਕਰਾਂ ਹੋ ਜ਼ਰਾ ਖੜਾ ਭਾਈ ਫਰਾਦ, ਜਿਹੜੇ ਭਰਾ ਨੂੰ ਚੰਗੀ ਲੱਗੇ 3,10,000 ਦੀ ਝੋਟੀ ਦੇ। 3,10,000 ਪਹਿਲਾਂ ਨੇ ਦੁੱਧ 12 ਕਿਲੋ ਵੇ, ਅੱਜ ਕੱਲ੍ਹ ਮੱਝਾਂ ਦੇ ਜਿਹੜੇ ਰੇਟ ਨੇ, ਝੋਟੀਆਂ ਦੇ ਰੇਟ ਮਾਰਕੀਟ 'ਚ ਦੋਸਤਾਂ ਉਹ ਵੀ ਵੇਖ ਲੈਣੇ ਨੇ। ਇਨਸ਼ਾਅੱਲਾ ਭਾਈ ਇਹਨਾਂ ਦੀ ਕੋਸ਼ਿਸ਼ ਸੀ ਕਿ ਅੱਜ ਰੇਟ ਅੱਛੇ ਹੁੰਦੇ, ਨੰਬਰ 1 'ਤੇ ਚੈੱਕ ਕਰਾਈਏ। ਅੱਗੇ ਆ ਕੇ ਖਿਲਾਰ ਭਾਈ ਦਾ ਚਿਹਰਾ ਸਾਹਮਣੇ ਕਰੇ ਇੱਥੇ ਜ਼ਰਾ, ਇਹ ਕਾਦਾਵਰ ਚੀਜ਼ ਦੇ ਚਿਹਰੇ ਦੀ ਖੂਬਸੂਰਤੀ ਵੇਖਣੀ ਹੈ। ਮਾਸ਼ਾਅੱਲਾ ਜੀ, ਸਿੰਗੀਆਂ ਛੋਟੀਆਂ ਨੇ, ਕਾਲੀਆਂ ਅੱਖਾਂ ਨੇ, ਦੋ ਅੱਖਾਂ ਦੀ ਰੰਗ ਸੇਮ ਹੈ, ਸਾਰੇ ਫਰਾਂ ਦੇ ਵੀ 6 ਦੰਦ ਹੈ। ਛਿੱਗੀ ਪਹਿਲਾਂ ਨੇ ਪਹਿਲਾਂ ਇਹਨੂੰ ਫਿਰ ਪਹਿਲਵਾਨ ਪਹਿਲਨ ਕਹੋ, ਹਾਈਟ ਤੇ ਮਾਸ਼ਾਅੱਲਾ ਜੀ ਕੱਦ ਚੰਗਾ, ਪਹਿਲਨ ਤੇ 6 ਦੰਦ ਮਾਸ਼ਾਅੱਲਾ ਜੀ। ਜੀ ਭਾਈ ਇਮਰਾਨ ਸਾਹਿਬ, ਆ ਵੀ ਸੂਈ ਹੈ ਜੀ, ਇਹਦੀ ਸੂਈ ਭਾਈ ਫਰਾਂ 10 ਕਿਲੋ ਦੁੱਧ ਦੇ ਪਿੱਛੇ ਕੱਟੀ ਹੈ, ਇਹ ਦੋ ਹੀ ਨੇ ਮਾਸ਼ਾਅੱਲਾ ਜੀ, ਆਪੀ ਵੀ ਕੱਟੀ ਹੈ, ਲੈ ਝੋਟੀ ਹੈ, ਪਿੱਛੇ ਵੀ ਇਹਦੇ ਕੱਟੀ ਹੈ। ਇਹ 10 ਕਿਲੋ ਦੁੱਧ ਦੇ ਭਾਈ, ਜ਼ਰਾ ਲੱਤ ਸਿੱਧੀ ਕਰਾਓ ਹਾਂ ਇੱਥੇ ਭਾਈ, ਸਿੱਧਾ ਜ਼ਰਾ ਐਂਗਲ ਕਰੋ ਇਹਦਾ। ਭਾਈ ਇਮਰਾਨ ਸਾਹਿਬ ਕਿਦੋਂ ਦੀ ਸੂਈ ਹੈ? ਸੂਈ ਨੂੰ ਤਕਰੀਬਨ 6-7 ਦਿਨ ਹੋ ਗਏ। 6-7 ਦਿਨ ਹੋ ਗਏ ਲੋ ਦੋਸਤੋ, ਲਿਬਾਸ ਵੀ ਚੈੱਕ ਕਰਨਾ ਮਾਸ਼ਾਅੱਲਾ ਜੀ, ਠੀਕ ਸਾਫ਼ ਹਲੇ ਨਹੀਂ ਹੋਣਾ। ਛਿੱਗੀ ਮਾਸ਼ਾਅੱਲਾ ਜੀ, 10 ਕਿਲੋ ਦੁੱਧ ਦੇ ਦੋਵਾਂ ਟਾਈਮਾਂ ਦਾ ਟੋਟਲ, ਇਹ ਬੱਚੇ ਸਮੇਤ ਪਿੱਛੇ ਦੇ ਕੱਟੀ ਹੈ, ਦੋਸਤਾਂ ਨੂੰ ਵੀ ਚੈੱਕ ਕਰਾਉਂਦੇ ਹਾਂ, ਕੈਮਰੇ 'ਚ ਮੁਕੰਮਲ ਨਜ਼ਰ ਆ ਰਹੀ ਹੈ। ਜਸਾਮਤ ਹਾਈਟ ਲਾਮ ਦੋਸਤਾਂ ਵੇਖ ਲੈਣੀ, ਅਤੇ ਥਣ ਦੇ ਮਾਸ਼ਾਅੱਲਾ ਜੀ ਪਹਿਲਾਂ ਹੋ ਕੇ ਸੋਹਣੇ ਥਣ ਆ ਚੈੱਕ ਕਰਾਂ ਮਾਸ਼ਾਅੱਲਾ ਜੀ, ਧੁਨੀ ਇਹਦੀ ਛੋਟੀ ਹੈ, ਥਣ ਦੋਸਤਾਂ ਫਿਰ ਚੈੱਕ ਕਰਨੇ ਨੇ। ਬਾਈ ਜ਼ਰਾ ਸਿੱਧੀ ਕਰਿਓ ਕੋਲੀ ਵੀ ਦੋਸਤਾਂ ਨੂੰ ਚੈੱਕ ਕਰਾਈਏ, ਬਰੀਕੀਆਂ ਵੇਖ ਲੈਣੀਆਂ ਨੇ ਮਾਸ਼ਾਅੱਲਾ ਜੀ, ਅਤੇ ਪਿੱਛੇ ਦੇ ਕੱਟੀ ਜਾ ਵੀ ਸਿਹਤਮੰਦ ਹੈ। ਬਿਲਕੁਲ ਜੀ, ਸਾਰੀਆਂ ਜਿਹੜੀਆਂ ਪਹਿਲਾਂ ਝੋਟੀਆਂ ਨੇ ਉਹਨਾਂ ਨੂੰ ਕੱਦ ਨਹੀਂ ਲੱਗਾ ਹੁੰਦਾ ਮਾਸ਼ਾਅੱਲਾ ਜੀ, ਨਫਾਸਤ ਬਰੀਕੀਆਂ ਸਾਰੀ ਦੋਸਤਾਂ ਨੂੰ ਤਸੱਲੀ ਕਰਾਈਏ। 10 ਕਿਲੋ ਦੁੱਧ ਦੀ ਗਰੰਟੀ ਹੈ, ਰੇਟਾਂ ਨੇ ਸੁੱਟਣੀਆਂ ਨੇ ਸਾਫ਼ ਹੋ ਕੇ, ਮਜ਼ੀਦ ਇਨਸ਼ਾਅੱਲਾ ਇਹਦੇ 'ਚ ਇਜ਼ਾਫਾ ਹੋ ਜਾਂਦਾ। ਨੰਬਰ 2 'ਤੇ ਆ ਗਈ ਹੈ ਅਤੇ ਹੈ ਵੀ 6 ਦੰਦ ਦੇ। ਜੀ ਭਾਈ ਇਮਰਾਨ ਸਾਹਿਬ, ਝੋਟੀ ਨੰਬਰ 2 ਦਾ ਰੇਟ ਭਾਈ ਫਰਾਜ, ਜਿਹੜੇ ਭਰਾ ਨੂੰ ਪਸੰਦ ਆਏਗੀ ਝੋਟੀ ਦੀ, ਮੇਰੀ 4,00,000 ਦੀ, 3,30,000 ਦੀ ਝੋਟੀ ਦੇ ਹੈ। 3,30,000 ਯਾਨੀ ਕਿ ਅੱਜ ਵਾਕਈ ਈਦ ਪੈਕੇਜ, ਈਦ ਪੈਕੇਜ ਹੀ ਆ। ਠੀਕ ਹੈ ਜੀ, ਚੀਜ਼ਾਂ ਦੋਸਤਾਂ ਵੇਖ ਲੈਣੀਆਂ ਨੇ ਅਤੇ ਰੇਟ ਚੈੱਕ ਕਰਨੇ ਨੇ। ਕੀਮਤ ਡਿਮਾਂਡ 3,30,000। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 'ਤੇ, ਆ ਵੀ ਸੂਈ ਹੈ ਜੀ, ਇਹ ਵੀ ਸੂਈ ਹੈ ਜੀ, ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ ਦੀ ਰੰਗ ਸੇਮ ਹੈ। ਟੋਰ ਭਾਈ ਨਵੀਸ ਸਾਹਿਬ ਜੀ, ਭਾਈ ਇਮਰਾਨ ਸਾਹਿਬ ਕਿਵੇਂ ਸਵਾ ਜੀ ਦਾ ਸੁਭਾ ਭਾਈ ਫਰਾਜ ਦਾ? ਤੀਸਰਾ ਮਾਝੀ ਹੈ ਜੀ, ਨੰਬਰ 3 'ਤੇ ਚੈੱਕ ਕਰਾਉਂਦੇ ਹਾਂ, ਫਿਰ ਸੁਭਾ ਵੀ ਤੀਸਰਾ। ਕਿਵੇਂ ਸੂਈ ਹੈ? ਸਰਨ ਮਾਰਦੀ ਹੈ, ਪਹਿਲਾਂ ਪੈਰ ਤੁਰਨ ਲੱਗਿਆ। ਇਹ ਮਾਸ਼ਾਅੱਲਾ ਜੀ, ਇਹਦੇ ਕੋਲ ਜੀ 16 ਕਿਲੋ ਦੁੱਧ, ਦਿਨ ਕੋਈ 10 ਕਿਲੋ ਹੋ ਗਏ, ਸੋਲਾਂ ਤੀਸਰਾ ਸੂਈ ਹੈ। ਪੁੱਠਾ ਵੀ ਦੋਸਤਾਂ ਵੇਖਣਾ ਭਾਈ, ਇਹਨੂੰ ਜਰਾ ਬਾਹਰ ਨੂੰ ਲਿਆਉਣਾ ਭਾਈ, ਜਾ ਕੇ ਕਰੋ ਜਰਾ ਚੱਕਰ ਉਸ ਸਾਈਡ ਤੇ, ਲਵਾ ਲਓ ਬਾਹਰ ਨੂੰ ਦੋਸਤੋ। ਨੰਬਰ 3 ਤੇ ਆ ਗਈ ਪਹਿਲਵਾਨ ਚੀਜ਼, ਲਿਬਾਸ ਦੋਸਤਾਂ ਵੇਖਣਾ, ਸੋਹਣਾ ਲਿਬਾਸ ਕੀਤਾ ਹੈ, ਸੋਹਣੀ ਪੰਡ ਪਾਈ ਹੈ, ਜਿਸਮ ਤੇ ਪਛਮ ਵੀ ਚੈੱਕ ਕਰਨੀ, ਜਿਸਮ ਤੇ ਚੰਗੀ ਭਾਈ ਫਰਾਜ਼ ਨੂੰ ਤੁਰਦੀ ਹੈ, ਕੋਈ ਸਰ ਨਹੀਂ ਲੋ ਦੋਸਤੋ, ਆ ਚੈੱਕ ਕਰ ਲੋ। ਅੱਛਾ ਭਾਈ ਇਮਰਾਨ ਸਾਹਿਬ, ਦੁੱਧ 16 ਕਿਲੋ, ਯਾਨੀ ਕਿ ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ, ਠੀਕ ਹੈ ਜੀ, ਦੋਵਾਂ ਟਾਈਮਾਂ ਦਾ ਟੋਟਲ, ਬੱਚੇ ਸਮੇਤ 16 ਕਿਲੋ ਸੂਆ ਤੀਸਰਾ ਸੂਈ ਹੈ। ਲਿਬਾਸ ਦੋਸਤਾਂ ਫਿਰ ਚੈੱਕ ਕਰਨਾ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਜਾ ਕੀ ਭਾਈ ਪਿੱਛੇ ਦੇ ਛੋਟੀ ਕੋਲੀ ਵੀ ਦੋਸਤਾਂ ਵੇਖਣੀ, ਠੀਕ ਭਾਈ ਨਵੀ, ਲੈ ਚਲੋ ਭਾਈ ਜਾ ਕੇ ਕਰੋ ਜੀ ਜ਼ਰਾ। ਮਾਸ਼ਾਅੱਲਾ ਜੀ, ਪਹਿਲਵਾਨ ਚੀਜ਼ ਹੈ ਦੋਸਤਾਂ ਨੇ, ਮਾਸ਼ਾਅੱਲਾ ਦਾ ਕਮੈਂਟ ਲਾਜ਼ਮੀ ਕਰਨਾ, ਪੁੱਠਾ ਵੀ ਦੋਸਤਾਂ ਚੈੱਕ ਕਰ ਲੈਣਾ ਮਾਸ਼ਾਅੱਲਾ, ਲਿਬਾਸ ਫਿਰ ਵੇਖ ਲੈਣਾ।
ਜੀ ਭਾਈ ਇਮਰਾਨ ਸਾਹਿਬ ਮੱਝ ਨੰਬਰ 3 ਦਾ ਰੇਟ ਮੱਝਾਂ ਦੇ ਦੋਸਤ ਵੀ ਵੇਖਦੇ ਨੇ, ਅਸੀਂ ਵੀ ਦੋਸਤਾਂ ਨੂੰ ਚੈੱਕ ਕਰਾਉਂਦੇ ਹਾਂ, ਲੇਕਿਨ ਇਹੋ ਜਿਹੀ ਜਿਹੜੀ ਹਾਈਟ ਹੈ ਘੱਟ ਦੇ ਉਹ ਘੱਟ ਹੀ ਵੀਡੀਓ 'ਚ ਇਹੋ ਜਿਹੇ ਜਾਨਵਰ ਸ਼ਾਮਿਲ ਹੁੰਦੇ ਨੇ। ਬਿੱਲੀਆਂ ਅੱਖਾਂ ਨੇ, ਦੋਵਾਂ ਅੱਖਾਂ 'ਚ ਲੱਗ ਰਿਹਾ ਸੇਮ ਹੈ, ਦੋਵੇਂ ਦੋਸਤਾਂ ਦਾ ਚੈੱਕ ਕਰੋ ਮਾਸ਼ਾਅੱਲਾ। ਸੁਬਾਹ ਦੂਸਰਾ ਚੰਗੀ ਕਾਦਾਵਰ ਚੀਜ਼ ਹੈ ਭਾਈ, ਇੱਥੇ ਜ਼ਰਾ ਸਿੱਧੀ ਕਰਿਓ। ਲੋ ਦੋਸਤੋ ਹਾਈਟ ਚੈੱਕ ਕਰੋ ਮਾਸ਼ਾਅੱਲਾ ਜੀ, ਮੁਕੰਮਲ ਨਜ਼ਾਰਾ ਦੋਸਤਾਂ ਕਰਨਾ, ਸੋਹਣੀ ਜਸਾਮਤ ਹੈ। ਬਿਲਕੁਲ ਜੀ, ਮੈਂ ਆਲਰੇਡੀ ਵਜ਼ਾਹਤ ਹੀ ਕੀਤੀ ਕਿ ਹਰ ਵੀਡੀਓ 'ਚ ਇਹੋ ਜਿਹਾ ਜਾਨਵਰ ਸ਼ਾਮਿਲ ਨਹੀਂ ਹੁੰਦਾ ਦੋਸਤ। ਏਡੀ ਕੁ ਪਾਵਰ ਵਾਲਾ ਚੂਨ, ਏਡੀ ਕੁ ਸੁਥਰੀ ਜੇ, ਛੱਡੀ ਗੱਲਾਂ ਦਿਓ। ਦੁੱਧ 16 ਕਿਲੋ, 16 7-8 ਦਿਨ ਹੋ ਗਏ ਨੇ, ਸੁਬਾਹ ਦੂਸਰਾ ਸੂਈ ਹੈ। ਥਣਾਂ ਦੀ ਵੰਡ ਵੀ ਦੋਸਤਾਂ ਵੇਖਣੀ, ਥਣ ਸੋਹਣੇ ਲੱਗੇ ਨੇ, ਪਾਵਰਫੁੱਲ ਵਾਹਨਾ ਵੀ ਡੱਬ ਵਾਲਾ, ਅਤੇ ਸਿਆਣੇ ਕਹਿੰਦੇ ਨੇ ਕਿ ਜਿਹਦਾ ਵਾਹਨਾ ਡੱਬ ਵਾਲਾ ਹੋਏ ਨਸਲੀ ਹੁੰਦੀ ਹੈ। ਪਿਛਲੇ ਪੈਰ 'ਤੇ ਤੂੰ ਚੈ ਨਹੀਂ, ਅਗਲਾ ਇੱਕ ਹੀ ਤੂੰ ਚੈ ਜਾ ਕੇ ਪਿੱਛੇ 'ਤੇ ਜੀ ਚੰਗੀ ਕਾਦਾਵਰ ਹਾਈਟ ਵਾਲੀ ਚੀਜ਼ ਹੈ, ਸੋਹਣਾ ਜਿਹਾ ਦੁੱਧ ਹੈ, ਪੁੱਠਾ ਦੋਸਤਾਂ ਫਿਰ ਵੇਖਣਾ ਮਾਸ਼ਾਅੱਲਾ ਜੀ। ਤੇ ਕੋਈ 7-8 ਦਿਨ ਹੋ ਗਏ ਨੇ, ਲਿਬਾਸ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਜੀ। ਭਾਈ ਇਮਰਾਨ ਸਾਹਿਬ ਝੋਟੀ ਨੰਬਰ 4 ਦਾ ਰੇਟ ਤੁਹਾਡਾ ਤੇ ਅੱਜ ਖੜਾ ਕੀ ਹੈ ਨਾ, ਲੇਕਿਨ ਸਾਡਾ ਖੜਾ ਕੇ 3,90,000 ਦੀ ਝੋਟੀ ਦੇ ਸਾਡੀ 3,90,000। ਹਾਂਜੀ, ਵਾਅਦਾ ਕੀਤਾ 4 ਤੋਂ ਥੱਲੇ ਰਹਿਣਾ ਜੀ, ਝੋਟੀ ਮੇਰੀ 5 ਲੱਖ ਦੀ ਜੇ ਜ਼ਿੰਦਾਬਾਦ। ਠੀਕ ਹੈ, ਅੱਜ ਲੈ ਸਕਦੇ ਆ ਕਿ ਇਮਰਾਨ ਆ ਗਿਆ ਤੇ ਛਾ ਗਿਆ ਇਨਸ਼ਾਅੱਲਾ। ਠੀਕ ਹੈ, 3,90,000 ਮਾਸ਼ਾਅੱਲਾ ਜੀ, ਨੰਬਰ 4 ਤੇ ਚੈੱਕ ਕਰਾਈਏ ਅੱਗੇ ਲਾ ਭਾਈ ਨਾਲ ਜਿਹੜੀ ਵੇਖੋਗੇ 1200 ਮਾਸ਼ਾਅੱਲਾ ਜੀ। ਇਹ ਗੱਬਣ ਹੈ ਜੀ, ਇਹ ਗੱਬਣ ਹੈ ਜੀ। ਠੀਕ ਹੈ ਭਾਈ, ਅੰਦਰ ਨੂੰ ਢੋਲ ਨਹੀਂ, ਅੰਦਰ ਨੂੰ ਇਹ ਚੈੱਕ ਕਰੋ ਮਾਸ਼ਾਅੱਲਾ ਜੀ, ਸੋਹਣੀ ਪੰਡ ਪਾਈ ਹੈ, ਚੀਜ਼ ਚੰਗੀ ਹੈ, ਨਸਲੀ ਹੈ, ਬਰੀਕੀਆਂ ਦੋਸਤਾਂ ਚੈੱਕ ਕਰਨੀਆਂ ਨੇ। ਅੱਜ ਮੈਨੂੰ ਤਾਂ ਸਭ ਤੋਂ ਜ਼ਿਆਦਾ ਸੋਹਣੀ ਇਹੀ ਲੱਗਦੀ ਵੀ ਫੱਬੀ ਵੀ ਚੰਗੀ ਹੈ। ਕਮੈਂਟ ਦੋਸਤਾਂ ਲਾਜ਼ਮੀ ਕਰਨਾ, ਇਹ ਕਿੰਨਵਾਂ ਸੁਬਾਹ ਨੇ ਸੁਣਿਆ ਜੀ, ਸੁਬਾਹ ਦੂਸਰਾ ਸੁਣਿਆ, ਅਤੇ ਲਿਬਾਸ ਜਿੰਨਾ ਕਰ ਗਈ, ਸੋਹਣਾ ਨਜ਼ਾਰਾ ਕਰਾ ਗਈ, ਪੁੱਠਾ ਵੀ ਦੋਸਤਾਂ ਵੇਖ ਲੈਣਾ, ਬਰੀਕ ਚਮੜੀ ਹੈ, ਅਤੇ ਚਿਹਰਾ ਦੋਸਤਾਂ ਵੇਖਣਾ ਇੰਜ ਜਿਵੇਂ ਜਰਸੀ ਗਾਵਾਂ ਦਾ ਚਿਹਰਾ ਹੁੰਦਾ ਮਾਸ਼ਾਅੱਲਾ ਜੀ। ਕੱਲ ਸੂਪ ਹੈ, ਪਰਸੋਂ ਸੂਪ ਹੈ, ਤਿਆਰੀ ਹੈ, ਲਿਬਾਸ ਵੀ ਦੋਸਤਾਂ ਚੈੱਕ ਕਰਨਾ, ਥਾਣੇ ਵੀ ਦੋਸਤਾਂ ਵੇਖ ਲੈਣੇ ਨੇ, ਮੱਠੀ ਜੀ ਲੋਹ ਕੀਤੀ ਹੈ, ਧੁੰਨੀ ਛੋਟੀ ਹੈ, ਤੇ ਕੋਲੀ ਵੀ ਦੋਸਤਾਂ ਵੇਖ ਲੈਣੀ ਹੈ, ਝੋਟੀ ਨੰਬਰ 5 ਗੱਬਨ ਝੋਟੀ ਹੈ, ਸ਼ਾਮ ਦਾ ਪੀਰ ਦੇ ਪਹਿਲਵਾਨ ਜੀ, ਜਸਾਮਤ ਚੰਗੀ ਹੈ। ਇਹ ਚੈੱਕ ਕਰੋ ਜੀ, ਇਹ ਜਿਹੜਾ ਥੱਲੇ ਨਜ਼ਾਰਾ ਕਰਾ ਗਈ ਹੈ ਮਾਸ਼ਾਅੱਲਾ ਜੀ, ਹਰ ਇੱਕ ਜਾਨਵਰ ਇਹੋ ਜਿਹਾ ਤਿਆਰ ਨਹੀਂ ਹੁੰਦਾ। ਝੋਟੀ ਨੰਬਰ 5 ਜਿਸਮ ਦੇ ਪੱਛਮ ਵੀ ਦੋਸਤਾਂ ਵੇਖ ਲੈਣੇ, ਟੋਰੇ ਭਾਈ ਜਾਨ ਚੰਗੀ ਲੱਗੇ 3,90,000 ਰੁਪਏ ਦੀ ਝੋਟੀ। 3,90,000 ਜ਼ਿੰਦਾਬਾਦ ਚੀਜ਼ ਦੋਸਤਾਂ ਵੇਖਣੀ ਮਾਸ਼ਾਅੱਲਾ ਜੀ, ਕੁਆਲਿਟੀ ਚੈੱਕ ਕਰਨੀ, ਥਣ ਵੀ ਸੋਹਣੇ ਨੇ, ਨੰਬਰ 5 ਤੇ ਚੈੱਕ ਕਰਾਈਏ, ਕੀਮਤ ਡਿਮਾਂਡ 3,90,000, ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਹੱਡੀ ਚੈੱਕ ਕਰਨੀ, ਚੌੜਾ ਪੁੱਠਾ ਵੇ,
ਝੋਟੀ ਨੰਬਰ 5 ਕੀਮਤ 3,90,000 ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 6 ਤੇ ਇਹ ਵੀ ਚੰਗੀ ਪਹਿਲਵਾਨ ਚੀਜ਼ ਹੈ ਜੀ ਤੋਰੇ ਭਾਈ ਜਾਨ ਕਾਲੀਆਂ ਅੱਖਾਂ ਦੋ ਅੱਖਾਂ ਦੀ ਰੰਗਤ ਵੀ ਸੇਮ ਬਹੁਤ ਹੀ ਖਾਸ ਨੀਲੀ ਦੀ ਪਹਿਲਾਂ ਨੇ ਆਉਂਦੇ ਤਾਂ ਪਹਿਲਾਂ ਨਾਲ ਤੁਸੀਂ ਦੂਜਣ ਕਹਿ ਲਓ ਸੋਨਾ ਤੇ ਪਹਿਲਾਂ ਵੀ ਮਾਲਕ ਕਹਿੰਦੇ ਹਨ ਠੀਕ ਹੈ ਲਓ ਦੋਸਤੋ ਮਾਲਕਾਂ ਨੇ ਪਹਿਲਾਂ ਹੀ ਕਿਹਾ ਤਾਂ ਹੁਣ ਤੁਸੀਂ ਪਹਿਲਾਂ ਕਰਕੇ ਕਰਨੀ ਹੈ ਦੂਸਰਾ ਕਰ ਦੂਸਰਾ ਇਹ ਬਟਨ ਵੀ ਦੋਸਤਾਂ ਵੇਖਣੇ ਨੇ ਮਾਸ਼ਾਅੱਲਾ ਜੀ ਇਹ ਵੀ ਗੱਬਨ ਚੀਜ਼ ਹੈ ਸ਼ਾਨਦਾਰ ਚੀਜ਼ ਹੈ ਚੌੜਾ ਪੁੱਠਾ ਹਲੇ 7-8 ਦਿਨ ਤਕਰੀਬਨ 8-10 ਦਿਨ ਲੈਂਦੀ ਵੀ ਚੌੜਾ ਪੁੱਠਾ ਵੇ ਮਾਸ਼ਾਅੱਲਾ ਜੀ ਸੁਹਾ ਦੂਸਰਾ ਸੋਹਣਾ ਤੇ ਲਿਬਾਸ ਜ਼ਰਾ ਦੋਸਤਾਂ ਵੇਖਣਾ ਭਾਈ ਇੱਥੇ ਜ਼ਰਾ ਸਿੱਧੀ ਕਰਿਓ ਭਾਈ ਨਵੀ ਸਾਹਿਬ ਲੋ ਦੋਸਤੋ ਚੈੱਕ ਕਰੋ ਮਾਸ਼ਾਅੱਲਾ ਜੀ ਹੁਣ ਬੜੇ ਸੋਹਣੇ ਲੱਗੇ ਨੇ ਠੀਕ ਹੈ ਉਹਦੇ ਨਾਲੋਂ ਵੀ ਬਹੁਤਾ ਬਣਨਾ ਹੁਣ ਹਲੇ ਕੱਚੀ ਮਾਸ਼ਾਅੱਲਾ ਜੀ ਥਾਣੇ ਵੀ ਦੋਸਤਾਂ ਵੇਖ ਲੈਣੇ ਨੇ ਇਹ ਚੈੱਕ ਕਰੋ ਜੀ ਚੰਗੀ ਕੁਆਲਿਟੀ ਵਾਲੀ ਚੀਜ਼ ਹੈ ਨਸਲੀ ਚੀਜ਼ ਹੈ ਲਿਬਾਸ ਦੋਸਤਾਂ ਵੇਖ ਲੈਣੇ ਹਲੇ ਕੱਚੀ ਹੈ ਬਟਨ ਵੀ ਦੋਸਤਾਂ ਚੈੱਕ ਕਰਨੇ ਨੇ 8-10 ਦਿਨ ਲੈਂਦੀ ਹੈ ਭਾਈ ਚੌੜਾ ਪੁੱਠਾ ਵੇ ਚੰਗੀ ਜਸਾਮਤ ਹੈ ਮਾਸ਼ਾਅੱਲਾ ਜੀ ਅਤੇ ਮੰਜੀ ਅਗਰ ਕਿਸੇ ਦੋਸਤ ਨੇ ਡਾਣੀ ਹੋਏ ਤਾਂ ਭਾਈ ਨਵੀ ਸਾਹਿਬ ਉਹ ਵੀ ਡਾ ਕੇ ਦੱਸ ਚੜਾਂਗੇ ਭਾਈ ਇਸੇ ਤਰ੍ਹਾਂ ਸਿੱਧੀ ਕਰਿਓ ਲੋ ਦੋਸਤ ਕਾਲੀਆਂ ਅੱਖਾਂ ਨੇ ਚਿਹਰੇ ਦੀ ਬਣਾਵਟ ਖੂਬਸੂਰਤੀ ਦੋਸਤਾਂ ਵੇਖ ਲੈਣੀ ਨੰਬਰ ਆ ਗਈ 6 ਤੇ ਖਿਲਾ ਦੇ ਭਾਈ ਜਾਨ ਜਿਸਮ ਹੀ ਕੁੰਜਿਆ ਜਿਸਮ ਕੋਈ ਲਟਕਿਆ ਨਹੀਂ ਜਸਾਮਤ ਬੜੀ ਸੋਹਣੀ ਵੱਖੀ ਵੀ ਦੋਸਤਾਂ ਵੇਖਣੀ ਨਾ ਹੁੰਦੇ ਬਰਾਬਰ ਕਾਲੀਆਂ ਅੱਖਾਂ ਦੋਵਾਂ ਅੱਖਾਂ ਦੀ ਰੰਗਤ ਸੇਮ ਅਤੇ ਧੁੰਨੀ ਇਹਦੀ ਛੋਟੀ ਹੈ ਅਤੇ ਕੋਲੀ ਵੀ ਦੋਸਤਾਂ ਵੇਖ ਲੈਣੀ ਮਾਸ਼ਾਅੱਲਾ ਜੀ ਜ਼ਰਾ ਭਾਈ ਪਛਾਣ ਕਰੇ ਥੋੜ੍ਹੀ ਥਾਣਾ ਦੀ ਵੰਡ ਦੋਸਤਾਂ ਚੈੱਕ ਲੋ ਦੋਸਤਾਂ ਚੈੱਕ ਕਰੋ ਮਾਸ਼ਾਅੱਲਾ ਸੋਹਣੀ ਵੰਡਣ ਲੱਗੇ ਨੇ ਝੋਟੀ ਨੰਬਰ 6 ਠੀਕ ਹੈ ਭਾਈ ਲੈ ਚਲੋ ਆਓ ਜੀ ਭਾਈ ਇਮਰਾਨ ਸਾਹਿਬ ਝੋਟੀ ਨੰਬਰ 6 ਦਾ ਰੇਟ ਭਾਈ ਫਰਾਜ਼ ਮੈਂ ਇਹਦਾ ਰੇਟ ਲੈ ਨਹੀਂ ਦਿਓ ਤਿਆਰ ਹੋਏਗੀ ਤੇ ਜੇ ਆਪ ਭਰਾ ਸੁਣ ਤੇ ਕਰਨਾਗੇ ਜਿਹੜੇ ਭਰਾ ਪਸੰਦ ਆਏਗਾ ਅਗਰ ਕਿਸੇ ਦੀ ਸਮਝ 'ਚ ਆਈ ਇਹਦੀ ਕੋਈ ਪਿਆਰ ਮੁਹੱਬਤ ਕਰ ਲਵੋ ਤੇ ਇਨਸ਼ਾਅੱਲਾ ਜ਼ਰੂਰ ਕਰਾਂਗੇ ਦੂਜੀਆਂ ਨਾਲ ਕਰਾਂਗੇ ਜਨਾਬ ਜਿਵੇਂ ਦੂਜੀਆਂ ਦਾ ਕੀਤਾ ਠੀਕ ਹੈ ਜੀ ਨੰਬਰ 6 ਤੇ ਚੈੱਕ ਕਰਾਈਏ ਕੱਚੀ ਹੈ ਲੇਕਿਨ 10 ਕਿ ਦਿਨ ਲੰਦੀ ਵੀ ਚੀਜ਼ ਸ਼ੌਕੀ ਹੈ ਨਜ਼ਰ ਵੀ ਆਉਂਦੀ ਹੈ ਵੀ ਕਹਿਣ ਦੀ ਹੱਦ ਸਿੱਧਾ ਨਹੀਂ ਅਗਰ ਕਿਸੇ ਦੋਸਤ ਦੀ ਸਮਝ 'ਚ ਆਉਂਦੀ ਹੈ ਭਾਈ ਇਹਨਾਂ ਦੇ ਨੰਬਰ ਸਕਰੀਨ 'ਤੇ ਆ ਰਹੇ ਨੇ ਦੋਸਤ ਇਹ ਕਾਲ ਕਰਕੇ ਰਾਬਤਾ ਕਰ ਸਕਦੇ ਨੇ ਕਿ ਭਾਈ ਲਿਆਓ ਜੀ ਲਿਆਓ ਜੀ ਬੱਚੀ 4 ਵੈਣਾ ਨੇ ਮਾਸ਼ਾਅੱਲਾ ਜੀ ਇਹੋ ਜਿਹੀ ਆਈ ਦੀ ਵੀਡੀਓ ਦਾ ਪੈਕੇਜ ਇਹ ਬਾਹਰ ਨੂੰ ਭਾਈ ਚੱਕਰ ਲਵਾ ਲਓ ਦੋ ਦੰਦ ਮਾਸ਼ਾਅੱਲਾ ਜੀ ਤੇ ਜਿਹੜਾ ਨਜ਼ਾਰਾ ਥੱਲੇ ਕੀਤਾ ਦੋਸਤਾਂ ਚੈੱਕ ਕਰਨਾ ਭਾਈ ਇੱਥੇ ਜ਼ਰਾ ਸਿੱਧੀ ਕਰਿਓ ਇਸ ਸਾਈਡ ਤੇ ਕਰਿਓ ਪਿੱਛੇ ਤੇ ਬੱਚਾ ਮਾਸ਼ਾਅੱਲਾ ਜੀ ਦੋਨ ਦੀ 7-8 ਦਿਨ ਹੋ ਗਏ ਨੇ ਕਿੰਨਾ ਕੁ ਦੁੱਧ ਭਾਈ ਇਮਰਾਨ ਸਾਹਿਬ ਦੇਖੋ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 10 ਕਿਲੋ ਜਿੰਜ ਲਿਬਾਸ ਕੀਤਾ 12-13 ਕਿਲੋ ਵੀ ਕਹਿ ਸਕਦੇ ਹਨ ਅੱਛੀ ਗੱਲ ਹੈ ਕਿ ਜੋ ਹੈ ਵੇ ਦੋਸਤਾਂ ਨੂੰ ਵੀ ਦੱਸਣਾ ਤੇ ਹੈ ਵੀ ਕ੍ਰਾਸ ਬਰੀਡ ਹੈ ਕਾਲੇ ਥਣ ਲੱਗੇ ਨੇ ਖਿਲਾਰੇ ਭਾਈ ਜਾਨ ਤੇ ਹੈ ਵੀ ਦੋਂਦੀ ਮਾਸ਼ਾਅੱਲਾ ਜੀ ਭਾਈ ਲਾ ਜ਼ਰਾ ਸਿੱਧੀ ਕਰਾਓ ਭਾਈ ਲਾ ਸਿੱਧੀ ਕਰਾਓ ਜਿਹੜੇ ਭਰਾ ਨੇ ਖੜਨੀ ਹੈ ਨਾ ਉਹਨੇ 50 ਗਾਵਾਂ ਹੋਰ ਖੜਨੀਆਂ ਸਾਡੇ ਕੋਲ ਇਨਸ਼ਾਅੱਲਾ ਜੀ ਇਨਸ਼ਾਅੱਲਾ ਉਹ ਹੀ ਹੈ ਜੀ ਜਿਹਨੂੰ ਚੀਜ਼ ਇੱਕ ਦਫ਼ਾ ਚੰਗੀ ਦੇਣੀ ਉਹਨੇ ਦੁਬਾਰਾ ਬਾਰ ਬਾਰ ਹੋਣਾ ਕਾਲੇ ਥਣ ਲੱਗੇ ਨੇ ਮਾਸ਼ਾਅੱਲਾ ਜੀ ਪਿੱਛੇ ਦੇ ਬੱਚੇ ਦਾ ਪ੍ਰਿੰਟ ਵੀ ਸੋਹਣਾ ਠੀਕ ਭਾਈ ਜਾਨ ਜਾਣ ਦੋ ਜੀ ਵੈੜ ਨੰਬਰ 1 ਨਸਲ ਦੱਸਣੀ ਹੈ ਜਾਂ ਦੋਸਤ ਖੁਦ ਹੀ ਅੰਦਾਜ਼ਾ ਕਰੇ ਦੋਸਤ ਖੁਦ ਹੀ ਅੰਦਾਜ਼ਾ ਕਰੇ ਤੋਰ ਵੇਖੋ ਕਿਹੜੀ ਜੀ ਲੋ ਜੀ ਦੋਸਤ ਆ ਚੈੱਕ ਕਰੋ ਜੀ ਪਹਿਲਵਾਨਾਂ ਦੀ ਜੀ ਭਾਈ ਇਮਰਾਨ ਸਾਹਿਬ ਵੈੜ ਨੰਬਰ 1 ਦਾ ਰੇਟ ਭਾਈ ਫਰਾਜ਼ ਹੈ ਜੇ 2,20,000 ਦੀ ਵੈੜੀ ਮਿਲੇ ਤੇ 2.5 ਲੱਖ ਦੀ ਜੇ 2,20,000 ਨੰਬਰ 1 ਦੇ ਚੈੱਕ ਕਰਾਈਏ 2.5 ਲੱਖ ਤੇ ਬਾਹਰ ਵਾਲੀ ਹੋ ਜੇ ਲਿਆਓ 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 ਯਾਰ ਅੱਗੇ ਲਿਆਓ ਜੀ ਨੰਬਰ 2 ਵਾਲੀ ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 2 ਜੀ ਇਮਰਾਨ ਸਾਹਿਬ ਭਾਈ ਫਰਾਜ਼
ਜਿਹੜੇ ਭਰਾ ਨੂੰ ਕੋਈ ਗੱਲੀ ਬਾਤੀ ਨਹੀਂ, ਜਿਹੜਾ ਭਰਾ ਮਰਜ਼ੀ ਆ ਕੇ ਚੋ ਕੇ ਚੈੱਕ ਕਰ ਲੈ 16 ਡੱਬੇ ਦੁੱਧ ਪੂਰਾ ਕਰਕੇ। ਠੀਕ ਹੈ, ਯਾਨੀ ਕਿ ਟੋਟਲ ਦੋਵਾਂ ਟਾਈਮਾਂ ਦਾ ਬੱਚੇ ਸਮੇਤ 16 ਕਿਲੋ। ਤਸੱਲੀ ਨਾਲ ਅਗਰ ਕਿਸੇ ਦੋਸਤ ਨੂੰ ਤਸੱਲੀ ਨਹੀਂ ਹੁੰਦੀ ਆ ਕੇ ਦੋ ਦਫਾ ਚਾਰ ਦਫਾ ਨੂੰ ਚੋ ਕੇ ਜਿੰਨੀ ਵਾਰੀ ਮਰਜ਼ੀ ਚੈੱਕ ਕਰ ਲੈ ਸੱਲਾ ਪੂਰੀ ਕਰਕੇ। ਕਿਦੋਂ ਦੀ ਸੂਈ ਹੈ ਜੀ? ਸੂਈ ਨੂੰ ਤਕਰੀਬਨ 7-8 ਦਿਨ ਹੋ ਗਏ ਨੇ ਪਿੱਛੇ ਵੱਛੀ ਜੀ। ਪਿੱਛੇ ਤੇ ਵੱਛੀ ਦੋ ਹੀ ਹੋ ਗਈਆਂ ਮਾਸ਼ਾਅੱਲਾ ਜੀ ਭਾਈ, ਜਾ ਸਾਹਮਣੇ ਕਰਿਓ ਜੀ। ਲੋਏ ਦੋਸਤੋ ਪਿੱਛੇ ਤੇ ਵੱਛੀ ਹੈ, ਜਾ ਵੀ ਦੋਸਤਾਂ ਵੇਖ ਲੈਣਾ। 16 ਕਿਲੋ ਦੁੱਧ ਦੀ ਗਰੰਟੀ ਹੈ ਦੋਵਾਂ ਟਾਈਮਾਂ ਦਾ, ਟੋਟਲ 7-8 ਦਿਨ ਹੋ ਗਏ ਨੇ। ਠੀਕ ਹੈ ਭਾਈ, ਜਾ ਕੇ ਕਰਿਓ ਟੋਰਿਓ ਜ਼ਰਾ। ਗਰਮੀ ਦਾ ਜਾਨਵਰਾਂ ਨੂੰ ਕੋਈ ਹੋਲ ਪਾਰ ਨਹੀਂ ਹੈ, ਗਰਮੀ ਸ਼ੁਰੂ ਹੈ, ਗਰਮੀ ਇਨਸ਼ਾਅੱਲਾ ਨਹੀਂ ਕਰੇ ਜੀ। ਜੀ ਭਾਈ ਇਮਰਾਨ ਸਾਹਿਬ, ਵੈਡ ਨੰਬਰ 2 ਦਾ ਰੇਟ 2,70,000 ਨੰਬਰ 2 ਦੀ ਕਰਾਈਏ ਕੀਮਤ ਡਿਮਾਂਡ 2,70,000। ਲੋ ਦੋਸਤਾਂ ਚੱਕਰੋ ਮਾਸ਼ਾਅੱਲਾ। ਆਓ ਭਾਈ ਨਵੀਸ ਸਾਹਿਬ ਫੜੋ ਗੋਨ ਨੰਬਰ 3 ਵਾਲੀ। ਲੋ ਦੋਸਤੋ ਮੋਨੀ ਚੁਲਸਤਾਨੀ ਕਲਾਸ ਵਿੱਚ, ਜਰਸੀ ਤੇ ਚੁਲਸਤਾਨੀ ਕਲਾਸ, ਸਾਮਤ ਵੀ ਚੰਗੀ ਹੈ, ਕਾਲੇ ਥਣ ਲੱਗੇ ਨੇ। ਕਿੰਨਵਾਂ ਸੁਆਸ ਹੋਈ ਹੈ ਜੀ? ਕਿਦੋਂ ਦੀ ਸੂਈ ਹੈ? ਸੂਈ ਨੂੰ ਤਕਰੀਬਨ 15-18-20 ਦਿਨ ਹੋ ਗਏ ਜੀ। ਦੁੱਧ 18 ਕਿਲੋ ਦੀ ਗਰੰਟੀ ਹੋਏ ਜੀ, 18 ਤੋਂ ਜ਼ਿਆਦਾ। ਠੀਕ ਹੈ ਜੀ, ਇਹ ਪਿੱਛੇ ਦੇ ਬੱਚਾ, ਜਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਤੇ ਲਾਮ ਵੇਖਣੀ ਭਾਈ, ਜ਼ਰਾ ਸਿੱਧੀ ਕਰਿਓ ਹੱਥ। ਵੈਡ ਨੰਬਰ 3 3 ਤੇ ਆ ਗਈ 18 ਲੀਟਰ ਦੁੱਧ ਦੀ ਗਰੰਟੀ ਮਾਸ਼ਾਅੱਲਾ ਜੀ। ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ। ਤੁਸੀਂ ਕਿਹੜਾ ਕਰਨਾ ਜੀ? ਸਿਰਫ 3,40,000 ਦੀ ਵੈੜੀ ਦੇ ਹੈ। 3,40 ਜਿੰਦਾਬਾਦ। ਨੰਬਰ 4 ਤੇ ਚੈੱਕ ਕਰਾਈਏ ਕੀਮਤ ਡਿਮਾਂਡ 3,40,000। ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 4 ਤੇ ਜੀ। ਭਾਈ ਫਰਾਜ਼ ਪੂਰਾ 20 ਡੱਬੇ ਦੁੱਧ, 20 ਕਿਲੋ ਵੇ, ਪੂਰਾ 20 ਕਿਲੋ, ਵੱਧ ਹੋ ਸਕਦਾ ਘੱਟ ਨਾ। ਠੀਕ ਹੈ, 20 ਕਿਲੋ ਦੁੱਧ ਦੇ ਕੱਦ ਚੰਗਾ ਤੇ ਸੁਆ ਕਿੰਨਾ ਭਾਈ ਇਮਰਾਨ ਦਾ? ਸੁਆ ਗਰੰਟੀ ਆ। ਸੁਆ ਦੂਸਰਾ ਪਿੱਛੇ ਦੇ ਵੱਛੀ ਹੈ, ਹਾਈਟ ਵੀ ਦੋਸਤਾਂ ਵੇਖ ਲੈਣੀ ਹੈ, 20 ਕਿਲੋ ਦੁੱਧ ਦੀ ਗਰੰਟੀ ਹੈ, ਸੁਆ ਦੂਸਰਾ ਸੂਈ ਹੈ ਤੇ ਭਾਈ ਇਮਰਾਨ ਸਾਹਿਬ ਕਿਦੋਂ ਦੀ ਸੂਈ ਹੈ ਜੀ? ਆ ਭਾਈ ਫਰਾਜ਼ ਇਹਨੂੰ 15 ਦਿਨ ਹੋ ਗਏ ਜੀ। 15 ਕਿ ਦਿਨ ਹੋ ਗਏ ਨੇ ਭਾਈ? ਇੱਥੇ ਜ਼ਰਾ ਸਿੱਧੀ ਕਰਿਓ ਜੀ। ਵੈਡ ਨੰਬਰ 4 ਲਬਾਸ ਵੀ ਦੋਸਤਾਂ ਵੇਖ ਲੈਣਾ, ਕਾਲੇ ਥਣ ਨੇ, ਕ੍ਰਾਸ ਬਰੀਡ। ਭਾਈ ਬਬਲੂ ਸਾਹਿਬ ਜਾ ਕੇ ਸੇ, ਆ ਚੈੱਕ ਕਰੋ ਮਾਸ਼ਾਅੱਲਾ ਜੀ, ਦੁੱਧ ਲੱਗਦਾ ਚੰਗਾ, ਛੱਡ ਦਿਓ ਬੱਚੀ ਤੇ। ਭਾਈ ਜ਼ਰਾ ਸਿੱਧੀ ਕਰਾਓ, ਬੱਚੀ ਵਿੱਚ ਕੈਮਰੇ ਚਾਹੇ ਮੈਂ ਕੰਮ। ਲੋ ਜੀ ਦੋਸਤਾਂ ਚੈੱਕ ਕਰ ਲਓ। ਠੀਕ ਭਾਈ ਨਵੀ ਸਾਹਿਬ, ਕੰਨ ਛੋਟੇ ਨੇ, ਜਰਸੀ ਕ੍ਰਾਸ ਚ ਨੰਬਰ ਆ ਗਈ ਹੈ ਜੀ 4 ਤੇ, ਸੁਆ ਦੂਸਰਾ ਤੇ 20 ਕਿਲੋ ਦੁੱਧ ਦੀ ਗਰੰਟੀ ਹੈ ਮਾਸ਼ਾਅੱਲਾ ਜੀ। ਆਓ ਭਾਈ ਇਮਰਾਨ ਸਾਹਿਬ, ਇਹਦਾ ਰੇਟ ਵੀ ਛਾਵੇਂ ਆ ਕੇ ਲਾਵੋ ਤੇ ਪੈਗਾਮ ਵੀ ਕੋਈ ਛੋਟਾ ਜਿਹਾ ਦੇਵੋ। ਰੇਟ ਭਾਈ ਫਰਾਜ਼ ਵੈੜੀ ਤੇ ਵਾਹਵਾ ਰੁਪਈਆ ਦੀ, ਲੇਕਿਨ ਵਾਅਦਾ ਕੀਤਾ ਤਾ
ਜਿਹੜੀ ਗੱਲ ਵੀਡੀਓ ਚ ਦੱਸੀ ਦੀ ਹੈ ਨਾ, ਜਿੰਨਾ ਦੁੱਧ ਦੱਸੀ ਦਾ ਉਹਦੇ ਚ ਪਾਰ 10 ਕਿਲੋ ਦੀ ਕਸਮ ਨੀ ਹੁੰਦੀ ਹੈ ਜਾਨ ਵਾਲੇ, ਠੀਕ ਹੈ ਜੀ। ਬਾਕੀ ਮਜ਼ੀਦ ਯਾਨੀ ਕਿ ਪੂਰਾ ਹੋਏਗਾ ਪਾਰ 10 ਕਿਲੋ ਦੀ ਕਸਮ ਨਹੀਂ, ਤਾਂ ਠਾਂ ਹੋ ਸਕਦਾ ਜਾਨਵਰ, ਠੀਕ ਹੈ। ਬਾਰ ਬਾਰ ਉਹ ਭਰਾ ਪੁੱਛਦੇ ਹੋਣਗੇ ਕਿੰਨਾ ਯੇ ਵੋ, ਜਿਹੜੇ ਖੜਦੇ ਨੇ ਉਹ ਜਾ ਕੇ ਵੀ ਫੋਨ ਕਰਦੇ ਵੀ ਠੀਕ ਹੈ ਵੀ ਜੋ ਦੱਸਦੇ ਨੂੰ ਹੈ ਵੀ ਮਾਸ਼ਾਅੱਲਾ, ਠੀਕ ਹੈ ਜੀ। ਅਤੇ ਬਾਕੀ ਠੀਕ ਹੈ, ਈਦ ਗੁਜ਼ਾਰੋ ਅੱਲਾਹ ਦੀ ਸਪੁਰਦੇ, ਮਿਹਰਬਾਨੀ ਜੀ। ਭਾਈ ਇਮਰਾਨ ਸਾਹਿਬ ਬਹੁਤ ਸ਼ੁਕਰੀਆ, ਬਿਲਕੁਲ ਜੀ। ਭਾਈ ਇਹਦਾ ਜਿਹੜਾ ਦੱਸਿਆ ਡੇਰੇਦਾਰੀ ਹੈ, ਇੱਕ ਦਿਨ ਦਾ ਕੰਮ ਨਹੀਂ, ਅਤੇ ਹਰ ਮੰਗਲ ਵਾਲੇ ਦਿਨ ਵੀਡੀਓ ਬਣਦੀ, ਲੇਕਿਨ ਅੱਜ ਤੁਹਾਰ ਨਾ ਬਣੀ ਹੈ। ਅਤੇ ਜਿਹੜੀ ਗੱਲਬਾਤ ਹੁੰਦੀ ਹੈ 19-20 ਦਾ ਫਰਕ ਹੋ ਸਕਦਾ ਜਾਨਦਾਰ ਚੀਜ਼ ਦੇ, ਲੇਕਿਨ ਐਵੇਂ ਕਿ ਲੰਮਾ ਫਰਕ ਨਹੀਂ ਹੋਏਗਾ। ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ, ਚਾਹੁੰਦੇ ਹਾਂ ਅੱਲਾਹ ਹਾਫਿਜ਼।